ਜਿਹੜਾ ਬਾਜ਼ਾਰ ਹੈ ਨਾ, ਜਦੋਂ ਆਪਾਂ ਕੋਈ ਵੀ ਚੀਜ਼ ਪਰਚੇਜ਼ ਕਰਦੇ ਹਾਂ, ਨੈਗੇਟਿਵ ਅਤੇ ਪੋਜ਼ਿਟਿਵ ਦੋਨੋਂ ਤਰ੍ਹਾਂ ਦੇ ਲੋਕ ਹੈਗੇ ਨੇ, ਨੋ ਇਸ਼ੂ। ਅਗਰ ਕੋਈ ਨੈਗੇਟਿਵ ਬੰਦਾ ਹੈਗਾ, ਉਹਦੇ ਕਾਰਨ ਜਿਹੜਾ ਪੋਜ਼ਿਟਿਵ ਬੰਦਾ ਹੈਗਾ, ਸਹੀ ਬੰਦਾ ਹੈਗਾ, ਉਹਦੀ ਵੀ ਇਮੇਜ ਖਰਾਬ ਹੁੰਦੀ ਹੈ। ਡਾਇਰੈਕਟ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ, ਮੈਂ ਕਲੀਅਰ ਗੱਲ ਕਰਦਾ। ਅਗਰ ਕਿਸੇ ਬਿਲਡਰ ਨੇ ਇਸ ਤਰ੍ਹਾਂ ਕੀਤਾ ਵੀ ਕੋਈ ਪ੍ਰੋਪਰਟੀ ਹੈਗੀ ਹੈ ਜਿਹੜੀ ਉਹ ਪਹਿਲਾਂ ਕਿਸੇ ਹੋਰ ਨੂੰ ਬੁੱਕ ਕਰਤੀ ਅਤੇ ਉਹ ਬੁਕਿੰਗ ਕੈਂਸਲ ਕਰਕੇ ਉਹ ਮਤਲਬ ਕਿਸੇ ਹੋਰ ਬੰਦੇ ਨੂੰ ਆਪਾਂ ਨੇ ਜਿਹੜੀ ਹੈਗੀ ਹੈ ਅੱਗੇ ਥਰੂ ਆਊਟ ਕਰਤੀ, ਤਾਂ ਇਹ ਬਿਲਕੁਲ ਗਲਤ ਇਫੈਕਟ ਹੈ। ਅਕੋਰਡਿੰਗ ਟੂ ਮੀ ਉਹਦੇ 'ਤੇ ਨਾ ਤੁਹਾਨੂੰ ਕੋਈ ਲੀਗਲ ਜਿਹੜਾ ਹੈਗਾ ਉਹ ਐਕਸ਼ਨ ਲੈਣਾ ਚਾਹੀਦਾ। ਨਹੀਂ, ਬਟ ਕਸਟਮਰ 'ਤੇ ਇੰਪੈਕਟ ਪੈਂਦਾ, ਕੋਈ ਕਸਟਮਰ ਆਪਾਂ ਫਿਰ ਕਹੀਏ ਵੀ ਇੱਕ ਤਰ੍ਹਾਂ ਬਿਲੀਵ ਟੁੱਟ ਜਾਂਦਾ ਬਿਲਡਰ ਦੇ ਉੱਤੇ। ਓਬਵੀਅਸਲੀ ਭਾਈ, ਕਈ ਜਿਹੜੇ ਹੁੰਦੇ ਨੇ ਉਸ ਉਹ ਲਾਈਨ ਰੈਡ ਲਾਈਨ ਦੇ ਵਿੱਚ ਵੀ ਸੇਲ ਕਰ ਦਿੰਦੇ, ਉਦੋਂ ਵੀ ਸਰ ਕਿਆ ਥੋੜ੍ਹੇ ਜਿਹੜੇ ਡੀਲਰਸ ਹੁੰਦੇ ਨੇ ਜਾਂ ਬਿਲਡਰਸ ਹੁੰਦੇ ਨੇ ਇਸ ਚੀਜ਼ ਦੇ ਵਿੱਚ ਵੀ ਥੋੜ੍ਹਾ ਹੁੰਦਾ ਇਸ ਚੀਜ਼ ਦਾ ਕੋਈ ਪ੍ਰੋਜੈਕਟ ਲਗਾਉਣ ਲਈ 18 ਤਰ੍ਹਾਂ ਦੀ ਅਪਰੂਵਲਸ ਲੈਣੀਆਂ ਪੈਂਦੀਆਂ, ਗਮਾਡਾ ਪੁੰਡਾ ਰੇਰਾ। 18 ਤਰ੍ਹਾਂ ਦੇ ਅਪਰੂਵਲਸ ਤੋਂ ਬਾਅਦ ਉਹ ਬੰਦਾ ਉਸ ਪ੍ਰੋਜੈਕਟ ਤੱਕ ਪਹੁੰਚ ਪਾਉਂਦਾ, ਤਾਂ ਓਬਵੀਅਸਲੀ ਜਦੋਂ 18 ਤਰ੍ਹਾਂ ਦੀ ਅਪਰੂਵਲ ਗਵਰਨਮੈਂਟ ਦਊਗੀ, ਉਹ ਰੈਡ ਲਾਈਨ ਦੇ ਵਿੱਚ ਅਪਰੂਵਲ ਤਾਂ ਇਸ ਚੀਜ਼ ਦੀ ਨਹੀਂ ਦਊਗੀ। ਅਗਰ ਬਿਲਡਰ ਸਹੀ ਨਹੀਂ ਹੈਗਾ ਤਾਂ ਇਹ ਚੀਜ਼ਾਂ ਹੋ ਜਾਂਦੀਆਂ ਨੇ, ਕਸਟਮਰ ਵੀ ਫਿਸ ਜਾਂਦਾ। ਬਹੁਤ ਤਰ੍ਹਾਂ ਦੇ ਲੋਕ ਨੇ, ਆਪਾਂ ਸਿੱਧਾ ਨਾਮ ਹੀ ਲੈਣਾ ਚਾਹਾਂਗੇ। ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਮੈਂ ਹਾਂ ਅਭਿਸ਼ੇਕ, ਤੁਸੀਂ ਦੇਖ ਰਹੇ ਹੋ ਯੂਨੀਅਨ ਪ੍ਰੋਡਕਾਸਟ। ਅੱਜ ਸਾਡੇ ਨਾਲ ਸਪੈਸ਼ਲ ਗੈਸਟ ਮੌਜੂਦ ਨੇ A&I ਮਾਸਟਰਸ ਤੋਂ ਫਿਰੋਜ਼ ਜੀ। ਤਾਂ ਅਕਸਰ ਹਰ ਵਾਰ ਅਸੀਂ ਨਵੇਂ ਲੈ ਕੇ ਆਉਂਦੇ ਹਾਂ ਚੀਜ਼ਾਂ, ਇਸ ਵਾਰ ਸ਼ੁਰੂਆਤ ਕਰਾਂਗੇ ਪ੍ਰੋਪਰਟੀ ਦੀ, ਕਿਉਂਕਿ ਇਹ ਟ੍ਰਾਈ ਸਿਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਆਉਂਦੀ ਹੈ ਪ੍ਰੋਪਰਟੀ ਦੀ, ਵੀ ਇਨਸਾਨ ਨੂੰ ਪ੍ਰੋਪਰਟੀ ਬਾਏ ਕਰਨੀ ਚਾਹੀਦੀ ਹੈ ਜਾਂ ਫਿਰ ਰੈਂਟ 'ਤੇ ਲੈਣੀ ਚਾਹੀਦੀ ਹੈ। ਸਾਡੇ ਨਾਲ ਫਿਰੋਜ਼ ਜੀ, ਮੋਨੋ ਫਿਰੋਜ਼ ਜੀ, ਸਭ ਤੋਂ ਪਹਿਲਾਂ ਸਵਾਲ ਇਹੀ ਗੱਲ ਕਰਾਂਗੇ ਕਿ ਜੋ ਕਸਟਮਰ ਨੇ ਉਹਨਾਂ ਨੂੰ ਪ੍ਰੋਪਰਟੀ ਜਿਹੜੀ ਹੈ ਉਹ ਬਾਏ ਕਰਨੀ ਚਾਹੀਦੀ ਹੈ ਜਾਂ ਫਿਰ ਰੈਂਟ 'ਤੇ ਲੈਣੀ ਚਾਹੀਦੀ ਹੈ? ਅਕੋਰਡਿੰਗ ਟੂ ਮੀ, ਅਕੋਰਡਿੰਗ ਟੂ ਆਲ ਪਾਪੂਲੇਸ਼ਨ, ਪ੍ਰੋਪਰਟੀ ਆਪਾਂ ਨੂੰ ਜਿਹੜੀ ਹੈਗੀ ਆ ਉਹ ਰੈਂਟ ਨਾਲੋਂ ਬਾਏ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਟਾਈਮ ਇਸ ਤਰ੍ਹਾਂ ਦਾ ਆਊਗਾ ਜਦੋਂ ਆਪਾਂ ਨੂੰ ਰੈਂਟ ਅਫੋਰਡ ਕਰਨਾ ਮੁਸ਼ਕਿਲ ਹੋ ਜਾਊਗਾ। ਇਸ ਲਈ ਆਪਾਂ ਨੂੰ ਜਿਹੜੀ ਪ੍ਰੋਪਰਟੀ ਹੈਗੀ ਹੈ ਉਹ, ਜੇ ਆਪਾਂ ਅੱਜ ਦੀ ਗੱਲ ਕਰੀਏ, ਮੰਨ ਲਓ ਇੱਕ 2 BHK ਫਲੈਟ ਹੈ, ਉਹਦਾ ਰੈਂਟ ਅੱਜ ਦੀ ਇੱਕ ਨੋਰਮਲ ਐਵਰੇਜ ਰੈਂਟ ਜਿਹੜਾ ਹੈਗਾ 20 ਤੋਂ ਲੈ ਕੇ 22 ਹਜ਼ਾਰ ਰੁਪਏ ਰੈਂਟ ਹੈ, ਜੋ ਕਿ ਹੁਣ ਦੇ ਟਾਈਮ ਦੇ ਅਕੋਰਡਿੰਗ ਠੀਕ ਹੈ, ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਰੈਂਟ ਹੈਗਾ ਨਾ, ਇਹ ਅਫੋਰਡ ਕਰਨਾ ਮੁਸ਼ਕਿਲ ਹੋ ਜਾਊਗਾ। ਡੇ ਬਾਏ ਡੇ ਜਿਹੜਾ ਹੈਗਾ ਇਹ ਰੈਂਟ ਵੱਧਦਾ ਜਾਊਗਾ। ਉਸ ਤੋਂ ਬੈਟਰ ਕੀ ਹੈ, ਆਪਾਂ ਰੈਂਟ ਦੇਣ ਨਾਲੋਂ ਪ੍ਰੋਪਰਟੀ ਪਰਚੇਜ਼ ਕਰੋ, ਕੁਛ ਡਾਊਨ ਪੇਮੈਂਟ ਕਰਕੇ 8-10 ਲੱਖ ਰੁਪਇਆ, ਮਤਲਬ ਅਕੋਰਡਿੰਗ ਟੂ ਪ੍ਰੋਪਰਟੀ ਦੀ ਵੈਲਿਊ, ਕੁਛ ਡਾਊਨ ਪੇਮੈਂਟ ਕਰਕੇ ਬਾਕੀ ਦੀ ਜਿਹੜੀ ਹੈਗੀ ਹੈ ਆਪਾਂ ਉਹ EMI ਦੇਣ ਨਾਲੋਂ EMI ਪੇ ਕਰੀਏ, ਨਾ ਕਿ ਆਪਾਂ ਰੈਂਟ ਦੇਣਾ ਪਵੇ ਆਪਾਂ ਨੂੰ। EMI ਬੈਟਰ ਸੋਲਿਊਸ਼ਨ ਹੈ ਰੈਂਟ ਨਾਲੋਂ। ਪਰ ਅਕਸਰ ਨੋਰਮਲੀ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਇੱਕ ਚੀਜ਼ ਦਾ ਹੁੰਦਾ ਕਿ ਇੱਕ ਏਰੀਆ ਵਾਈਜ਼ ਜਿਹੜੀ ਹੁੰਦੀ ਹੈ ਪ੍ਰੋਪਰਟੀਜ਼ ਹੁੰਦੀਆਂ, ਵੀ ਇੱਥੇ ਰੇਟ ਜ਼ਿਆਦਾ ਨੇ, ਇੱਥੇ ਰੇਟ ਡਾਊਨ ਨੇ, ਤਾਂ ਜਿਹੜੇ ਆਮ ਜਿਹਨੂੰ ਕਹਿੰਦੇ ਨੋਰਮਲ ਕੈਟੇਗਰੀ ਦੇ ਲੋਕ ਨੇ, ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਟੈਨਸ਼ਨ 'ਚ ਵੀ ਰਹਿੰਦੇ ਨੇ ਵੀ ਸਾਨੂੰ ਰੇਟ ਨਾ ਪ੍ਰੋਪਰ ਮਿਲੇ ਜਾਂ ਪ੍ਰੋਪਰਟੀ ਦਾ। ਅਗਰ ਆਪਾਂ ਟ੍ਰਾਈ ਸਿਟੀ ਦੀ ਗੱਲ ਕਰਦੇ ਹਾਂ ਤਾਂ ਕਿਸ, ਅਗਰ ਮੰਨੀ ਤਾਂ ਟ੍ਰਾਈ ਸਿਟੀ ਕਿਸ ਏਰੀਆ 'ਚ ਤੋਂ ਸਹੀ ਰਹਿੰਦੀ ਹੈ ਇਹ ਚੀਜ਼, ਵੀ ਇੱਕ ਨੋਰਮਲ ਵਰਗ ਲਈ ਆ ਉਹ ਏਰੀਆ ਵਧੀਆ ਅਤੇ ਹਰ ਕਿਸ ਤਰ੍ਹਾਂ ਦੇਖ ਕੇ ਬੰਦੇ ਲੈਣੀ ਚਾਹੀਦੀ ਹੈ? ਜਿਹੜੀ ਇਹ ਟ੍ਰਾਈ ਸਿਟੀ ਦੀ ਆਪਾਂ ਜੇ ਗੱਲ ਕਰੀਏ ਤਾਂ ਟ੍ਰਾਈ ਸਿਟੀ ਦੇ ਵਿੱਚ ਇੱਕ ਏਰੀਆ ਹੈਗਾ ਮੋਹਾਲੀ ਦੇ ਨਾਲ, ਖਰੜ ਹੋ ਗਿਆ, ਕੁਰਾਲੀ ਹੋ ਗਿਆ, ਜਾਂ ਆਪਾਂ ਲਾਂਡਰਾ ਹੋ ਗਿਆ, ਇਸ ਏਰੀਏ ਦੇ ਵਿੱਚ ਹਰ ਇੱਕ ਬੰਦਾ ਪ੍ਰੋਪਰਟੀ ਨੂੰ ਪਰਚੇਜ਼ ਕਰ ਸਕਦਾ, ਕਿਉਂਕਿ ਇੱਥੇ ਦੇ ਜਿਹੜੇ ਪ੍ਰਾਈਜ਼ ਨੇ ਹੁਣ ਆਉਣ ਵਾਲੇ ਟਾਈਮ ਤਾਂ ਬਹੁਤ ਹਾਈਕ ਕਰਨਗੇ, ਪਰ ਹੁਣ ਦਾ ਜਿਹੜਾ ਪ੍ਰਾਈਜ਼ ਹੈ ਉਹ ਹਰ ਬੰਦਾ ਅਫੋਰਡ ਕਰ ਸਕਦਾ। ਮਤਲਬ ਇੱਕ ਆਪਾਂ 2 BHK ਦੀ ਅਗਰ ਗੱਲ ਕਰਦੇ ਹਾਂ ਤਾਂ 2 BHK ਇੱਕ ਅੱਜ ਦੀ ਰੇਟ ਦੇ ਵਿੱਚ ਇੱਕ ਨੋਰਮਲ ਇਸ ਏਰੀਏ ਦੇ ਵਿੱਚ ਆਪਾਂ ਪਰਚੇਜ਼ ਕਰਦੇ ਹਾਂ ਉਹ ਹੈਗਾ 36 ਤੋਂ 40 ਦੇ ਵਿੱਚ, ਅਕੋਰਡਿੰਗ ਟੂ ਏਰੀਆ ਡਿਪੈਂਡ ਕਰਦਾ, 36 ਤੋਂ 40 ਲੱਖ ਦੇ ਵਿੱਚ ਪ੍ਰੋਪਰਟੀ ਦਾ ਰੇਟ ਹੈਗਾ।
ਅਤੇ ਆਪਾਂ ਨੂੰ ਇਹ ਜਿਹੜੀ ਇਹ ਪ੍ਰੋਪਰਟੀ ਹੈ, ਅਗਰ ਕਿਸੇ ਬੰਦੇ ਨੇ 2 BHK ਪਰਚੇਜ਼ ਕਰਦਾ ਹੈ ਤਾਂ ਉਹ 40 ਦੇ ਗਰੀਬ, ਜਾਂ 3 BHK ਪਰਚੇਜ਼ ਕਰਦਾ ਬੰਦਾ ਉਹ ਨੀਅਰ ਅਬਾਊਟ 50 ਦੇ ਗਰੀਬ ਹੈ, ਜੋ ਕਿ ਅਫੋਰਡੇਬਲ ਹੈ। ਮੰਨ ਲਓ ਇੱਕ ਆਪਾਂ ਪ੍ਰੋਪਰਟੀ 3 BHK ਪਰਚੇਜ਼ ਕਰਦਾ, ਆਪਾਂ ਉਹਦੀ ਰੈਂਟ ਦੇਣ ਨਾਲੋਂ ਬੈਟਰ ਹੈ ਵੀ ਆਪਾਂ 10 ਲੱਖ ਰੁਪਇਆ ਡਾਊਨ ਪੇਮੈਂਟ ਕਰੀਏ, ਪ੍ਰੋਪਰਟੀ ਪਰਚੇਜ਼ ਕਰੀਏ। 3 BHK ਦਾ ਨੋਰਮਲੀ ਰੈਂਟ ਹੈਗਾ 25 ਤੋਂ 28 ਹਜ਼ਾਰ ਰੁਪਇਆ। ਅਗਰ ਆਪਾਂ ਉਹ 10 ਲੱਖ ਰੁਪਇਆ ਡਾਊਨ ਪੇਮੈਂਟ ਦੇ ਕੇ ਆਪਾਂ ਉਹਨੂੰ EMI 'ਤੇ ਪੇ ਕਰਦੇ ਹਾਂ, ਤਾਂ ਉਹ ਆਪਾਂ ਨੂੰ EMI ਜਿਹੜੀ ਆਊਗੀ 20 ਤੋਂ 22 ਹਜ਼ਾਰ। ਅਤੇ ਜਿਹੜਾ ਰੈਂਟ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਰੈਂਟ ਵੱਧਦਾ ਜਾਊਗਾ, ਅਤੇ EMI ਜਿਹੜੀ ਹੈਗੀ ਹੈ ਉਹ ਤੁਹਾਡੀ ਜੋ ਅੱਜ ਹੈਗੀ ਹੈ ਉਹ ਫਿਕਸ ਹੈ ਜਦ ਤੱਕ ਤੁਹਾਡਾ ਲੋਨ ਕਲੀਅਰ ਨਹੀਂ ਹੁੰਦਾ। ਤਾਂ ਬੈਟਰ ਸੋਲਿਊਸ਼ਨ ਇਹ ਹੈ ਵੀ ਆਪਾਂ ਨੂੰ ਜਿਹੜਾ ਰੈਂਟ ਨਾਲੋਂ ਬੈਟਰ EMI ਪੇ ਕਰਨੀ ਚਾਹੀਦੀ ਹੈ, ਆਪਾਂ ਨੂੰ ਰੈਂਟ 'ਤੇ ਪ੍ਰੋਪਰਟੀ ਨਹੀਂ ਲੈਣੀ ਚਾਹੀਦੀ। ਜਿਸ ਤਰ੍ਹਾਂ ਆਪਾਂ ਟ੍ਰਾਈ ਸੀਰੀਜ਼ ਦੀ ਗੱਲ ਕਰ ਰਹੇ ਹਾਂ, ਮੋਹਾਲੀ ਦੇ ਵਿੱਚ ਇੱਕ ਬੈਟਰ ਆਪਸ਼ਨ ਮਿਲ ਜਾਂਦੀ ਹੈ। ਅਤੇ ਜਿਸ ਤਰ੍ਹਾਂ ਹੁਣ ਪ੍ਰੋਪਰਟੀ ਦੇ ਰੇਟ ਜਿਹੜੇ ਨੇ ਪਹਿਲਾਂ ਨਾਲੋਂ ਕਈ ਹਾਈ ਵੀ ਗਏ ਨੇ, ਹਾਈ ਰੇਂਜ 'ਤੇ ਚੀਜ਼ਾਂ ਗਈਆਂ ਨੇ। ਅੱਛਾ, ਇੱਕ ਸਵਾਲ ਸਭ ਤੋਂ ਜ਼ਿਆਦਾ ਆਉਂਦਾ ਹੈ ਵੀ ਜਿਹੜੇ ਇੱਕ ਨੋਰਮਲ ਬੰਦਾ ਹੈ ਉਸਨੂੰ ਕਿਹੜੀ ਚੀਜ਼ ਜ਼ਿਆਦਾ ਮਗੀ ਗੱਲ ਕਰੀ, ਕਿਸ ਤਰ੍ਹਾਂ ਘਰ ਲੈਣਾ ਚਾਹੀਦਾ ਵੀ? ਇੱਕ ਤਾਂ ਹੁੰਦਾ ਵਿਲਾ, ਦੂਸਰਾ ਹੁੰਦਾ ਫਲੈਟ, ਫੈਮਿਲੀ ਲਈ, ਜਾਂ ਫਿਰ ਲਾਸਟ ਆਪਸ਼ਨ ਆਉਂਦੀ ਜਿਹਨੂੰ ਅੱਜ ਕੱਲ੍ਹ ਜ਼ਿਆਦਾ ਕਰੇਜ਼ ਚੜਿਆ ਵੀ ਹਾਈ ਰਾਈਜ਼ ਬਿਲਡਿੰਗ ਦਾ। ਇਹਨਾਂ ਵਿੱਚ ਕੀ ਡਿਫਰੈਂਸ ਕੀ ਹੈ? ਕਿਉਂਕਿ ਜ਼ਿਆਦਾਤਰ ਲੋਕਾਂ ਦੇ ਮਨ 'ਚ ਇਹੀ ਹੁੰਦਾ ਵੀ ਯਾਰ ਹਾਈ ਰਾਈਜ਼ ਬਿਲਡਿੰਗ ਦੇ ਫਾਇਦੇ ਨੇ, ਕੋਈ ਕਹਿੰਦਾ ਵੀ ਆਪਣਾ ਖੁਦ ਜਿਹੜਾ ਘਰ ਹੁੰਦਾ ਜਿਹਨੂੰ ਆਪਾਂ ਵਿਲਾ ਕਹਿੰਦੇ ਹਾਂ ਮੋਸਟਲੀ, ਵੀ ਉਹਦੇ ਜ਼ਿਆਦਾ ਫਾਇਦੇ ਨੇ, ਇੱਕ ਚਿੰਨ੍ਹ ਤਿੰਨਾਂ ਡਿਫਰੈਂਸ ਕੀ ਵੈਸੇ? ਦੇਖੋ ਭਾਅ ਜੀ, ਜਿਹੜੀ ਇਹ ਚੀਜ਼ ਹੈਗੀ ਆ ਨਾ, ਇਹ ਮੈਟਰ ਕਰਦੀ ਹੈ ਆਪਣੀ ਜੇਬ ਦੇ ਉੱਪਰ, ਆਪਣੀ ਜੇਬ ਕਿੰਨੀ ਕੁ ਆਪਾਂ ਨੂੰ ਪ੍ਰੋਪਰਟੀ ਪਰਚੇਜ਼ ਕਰਨ ਦੀ ਇਜਾਜ਼ਤ ਦਿੰਦੀ ਹੈ। ਹੁਣ ਇੱਕ ਬੰਦੇ ਦਾ ਜਿਹੜਾ ਬਜਟ ਹੈਗਾ, ਹਰ ਇੱਕ ਬੰਦਾ ਨਾ ਅਗਰ ਉਹ ਬਜਟ ਦੇ ਅਕੋਰਡਿੰਗ ਹਰ ਚੀਜ਼ ਨੂੰ ਪਲਾਨ ਕਰਦਾ। ਅਗਰ ਇੱਕ ਬੰਦੇ ਦਾ ਬਜਟ 50 ਲੱਖ ਦੀ ਪ੍ਰੋਪਰਟੀ ਪਰਚੇਜ਼ ਕਰਨ ਦਾ, ਤਾਂ ਓਬਵੀਅਸਲੀ ਹੈ ਕਿ ਵੀ ਉਹ ਫਲੈਟ ਵੱਲ ਹੀ ਜਾਊਗਾ, ਕਿਉਂਕਿ ਹੁਣ ਤਾਂ ਮਤਲਬ ਰੇਟ ਡੇ ਬਾਏ ਡੇ ਹਾਈਕ ਕਰਦੇ ਨੇ, ਅਤੇ 50 ਲੱਖ ਦੀ ਰੇਂਜ ਦੇ ਵਿੱਚ ਤਾਂ ਇੱਕ ਆਪਾਂ ਨੂੰ ਫਲੈਟ ਹੀ ਮਿਲੂਗਾ। ਅਗਰ ਡਿਪੈਂਡ ਸਾਰੀ ਗੱਲ ਬਜਟ 'ਤੇ ਕਰਦੀ ਹੈ, ਅਗਰ ਬੰਦੇ ਦਾ ਜਿਹੜਾ ਹੈਗਾ ਕਲਾਇੰਟ ਦਾ ਬਜਟ ਹੈਗਾ 1 ਕਰੋੜ ਰੁਪਏ ਦਾ, ਫਿਰ ਉਹ ਸਮਝਦੇ ਆ ਵੀ ਉਹ ਵਿਲਾ ਵੱਲ ਜਾ ਸਕਦਾ। ਬਾਕੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਅਲੱਗ ਅਲੱਗ ਚੋਇਸ ਹੁੰਦੀ ਹੈ ਇਸ ਚੀਜ਼ ਦੀ। ਕਈ ਜਿਹੜੇ ਹੁੰਦੇ ਨੇ ਉਸ ਉਹ ਲਾਈਨ ਰੈੱਡ ਲਾਈਨ ਦੇ ਵਿੱਚ ਵੀ ਸੇਲ ਕਰ ਦਿੰਦੇ, ਉਦੋਂ ਵੀ ਸਰ ਕਿਆ ਥੋੜ੍ਹੇ ਜਿਹੜੇ ਡੀਲਰਸ ਹੁੰਦੇ ਨੇ ਜਾਂ ਬਿਲਡਰਸ ਹੁੰਦੇ ਨੇ ਇਸ ਚੀਜ਼ ਦੇ ਵਿੱਚ ਵੀ ਥੋੜ੍ਹਾ ਜਿਹਾ ਹੁੰਦਾ ਚੀਜ਼ ਦਾ ਕੋਈ? ਜੇ ਆਪਾਂ ਰੈੱਡ ਲਾਈਨ ਦੀ ਗੱਲ ਕਰੀਏ, ਇੱਕ ਜਿਹੜਾ ਇੱਕ ਕੋਈ ਵੀ ਬਿਲਡਰ ਇੱਕ ਪ੍ਰੋਜੈਕਟ ਲਗਾ ਰਿਹਾ, ਪਹਿਲੀ ਤਾਂ ਸਭ ਤੋਂ ਬੜੀ ਗੱਲ ਹੈ ਇੱਕ ਪ੍ਰੋਜੈਕਟ ਲਗਾਉਣ ਲਈ 18 ਤਰ੍ਹਾਂ ਦੀ ਅਪਰੂਵਲਸ ਲੈਣੀਆਂ ਪੈਂਦੀਆਂ ਨੇ, ਗਮਾਡਾ, ਕੁੱਡਾ, ਰੇਰਾ, 18 ਤਰ੍ਹਾਂ ਦੇ ਅਪਰੂਵਲਸ ਤੋਂ ਬਾਅਦ ਉਹ ਬੰਦਾ ਉਸ ਪ੍ਰੋਜੈਕਟ ਤੱਕ ਪਹੁੰਚ ਪਾਉਂਦਾ। ਤਾਂ ਓਬਵੀਅਸਲੀ ਇਹ ਵੀ ਜਦੋਂ 18 ਤਰ੍ਹਾਂ ਦੀ ਅਪਰੂਵਲ ਗੌਰਮੈਂਟ ਦਊਗੀ, ਉਹ ਰੈੱਡ ਲਾਈਨ ਦੇ ਵਿੱਚ ਅਪਰੂਵਲ ਤਾਂ ਇਸ ਚੀਜ਼ ਦੀ ਨਹੀਂ ਦਊਗੀ। ਅਤੇ ਇਸ ਲਈ ਬੰਦੇ ਨੂੰ ਸਭ ਤੋਂ ਪਹਿਲਾਂ ਅਗਰ ਪ੍ਰੋਪਰਟੀ ਪਰਚੇਜ਼ ਕਰਦਾ ਤਾਂ ਬੰਦੇ ਨੂੰ ਜਦੋਂ ਪ੍ਰੋਜੈਕਟ ਉਹਨੇ ਬੰਦੇ ਪਹਿਲਾਂ ਫਸਟਲੀ ਜਿਹੜੇ ਕਿਸੇ ਨੇ ਮੰਨੋ ਪ੍ਰੋਪਰਟੀ ਪਰਚੇਜ਼ ਕਰਨੀ ਹੈ ਤਾਂ ਕਿਹੜੀ ਚੀਜ਼ਾਂ ਧਿਆਨ ਸਭ ਤੋਂ ਵੱਧ ਰੱਖਣਾ ਚਾਹੀਦਾ? ਕਿਉਂਕਿ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਇਸੇ ਚੀਜ਼ ਦੇ ਵਿੱਚ ਉਹ ਜਿਹਨੂੰ ਕਹਿੰਦੇ ਗੱਲਾਂ 'ਚ ਆ ਕੇ ਹੋ ਜਾਂਦੇ ਵੀ ਆਹ ਠੀਕ ਹੈ, ਇਹ ਠੀਕ ਹੈ। ਅਗਰ ਤੁਸੀਂ ਕਸਟਮਰ ਨੂੰ ਦੱਸੋ ਵੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਪ੍ਰੋਪਰਟੀ ਬਾਏ ਕਰਨ ਦੇ ਵਿੱਚ? ਦੇਖੋ, ਪ੍ਰੋਪਰਟੀ ਪਰਚੇਜ਼ ਕਰਨ ਤੋਂ ਪਹਿਲਾਂ ਜਦੋਂ ਜਿਸ ਬੰਦੇ ਨੇ ਪੈਸਾ ਲਗਾਉਣਾ ਉਹਨੂੰ ਅਕੋਰਡਿੰਗ ਟੂ ਮੀ ਬੜੇ ਧਿਆਨ ਨਾਲ ਹਰ ਇੱਕ ਚੀਜ਼ ਨੂੰ ਚੈੱਕ ਕਰਕੇ ਹੀ ਪ੍ਰੋਪਰਟੀ ਲੈਣੀ ਚਾਹੀਦੀ ਹੈ। ਦੇਖੋ, ਹਰ ਤਰੀਕੇ ਦਾ ਬਾਜ਼ਾਰ ਹੈ, ਨੈਗੇਟਿਵ ਵੀ ਹੈ, ਪੋਜ਼ਿਟਿਵ ਵੀ ਹੈ, ਤਾਂ ਸਾਰੀਆਂ ਚੀਜ਼ਾਂ ਨੂੰ ਬਿਨਾਂ ਇਗਨੋਰ ਕੀਤੇ ਪ੍ਰੋਪਰਟੀ ਬੰਦੇ ਨੂੰ ਪਰਚੇਜ਼ ਕਰਨੀ ਚਾਹੀਦੀ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ, ਪ੍ਰੋਪਰਟੀ ਪਰਚੇਜ਼ ਕਰਨ ਲਈ ਬੰਦੇ ਨੂੰ 18 ਤਰ੍ਹਾਂ ਦੀ ਅਪਰੂਵਲਸ ਨੇ। ਅਗਰ ਉਹਦੇ ਵਿੱਚੋਂ ਤੁਸੀਂ ਮਤਲਬ ਉਹ ਅਪਰੂਵਲਸ ਅਗਲੇ ਤੋਂ ਮੰਗੋ, ਪਰ ਅਪਰੂਵਲ ਚੈੱਕ ਕਰੋ, ਇੰਸ਼ੋਰੈਂਸ, ਰੇਰਾ, ਪੁੱਡਾ, ਗਮਾਡਾ, ਕੋਈ ਵੀ ਅਗਰ ਇੱਕ ਬੰਦੇ ਨੇ ਉਸ ਮਤਲਬ ਪ੍ਰੋਜੈਕਟ ਦੇ ਬਿਲਡਰ ਨੇ ਇੱਕ ਵੀ ਅਪਰੂਵਲ ਤੁਹਾਨੂੰ ਦਿਖਾ ਦਿੰਦਾ, ਤਾਂ ਇੱਕ ਅਪਰੂਵਲ ਵੀ ਤਾਂ ਹੋਊਗੀ ਜੇ 18 ਅਪਰੂਵਲ ਹੋਣਗੀਆਂ, ਕਿਉਂਕਿ 18 ਦੀ 18 ਅਪਰੂਵਲਸ ਨੇ ਜਿਹੜੀਆਂ ਉਹ ਕੰਪਲਸਰੀ ਨੇ। ਇੱਕ ਅਪਰੂਵਲ ਹੋ ਗਈ, ਸਮਝ ਲਓ ਵੀ ਤੁਹਾਡਾ ਪ੍ਰੋਜੈਕਟ ਓਕੇ ਹੈ, ਮਤਲਬ ਉਹ ਡਾਕੂਮੈਂਟ ਚੈੱਕ ਕਰਨੇ ਬਹੁਤ ਜ਼ਰੂਰੀ ਨੇ।
ਇੱਕ ਜਦੋਂ ਗੱਲ ਤੁਸੀਂ ਕਹੋ ਜਿਵੇਂ ਅਪਰੂਵਲਸ ਲੈਣੀ ਪੈਂਦੀਆਂ ਨੇ ਜਾਂ ਜਿਹੜੇ ਕਸਟਮਰ ਜਿਹਨੇ ਬਾਏ ਕਰਨਾ ਉਹਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜ਼ਰੂਰੀ। ਬਟ ਇੱਕ ਹੋਰ ਨਾਲ ਚਲੋ ਇਹ ਮੇਰੇ ਮਨ ਦੇ ਵਿੱਚ ਵੀ ਹੈ, ਜ਼ਿਆਦਾਤਰ ਜੋ ਕੁਛ ਪ੍ਰੋਬਲਮਸ ਵੀ ਫੇਸ ਕਰਨੀ ਪੈਂਦੀਆਂ ਨੇ ਲੋਕ ਜਿਹੜੇ ਪ੍ਰੋਪਰਟੀ ਬਾਏ ਕਰ ਲੈਂਦੇ ਨੇ, ਬਟ ਸਭ ਤੋਂ ਵੀ ਫੇਸਿੰਗ ਆਉਂਦੀ ਹੈ ਵੀ ਜਦੋਂ ਆਪਾਂ ਫਲੈਟ ਦੇ ਵਿੱਚ ਆ ਜਾਂਦੇ ਹਾਂ ਘਰ ਲੈ ਲੈਂਦੇ ਹਾਂ ਤਾਂ ਜ਼ਿਆਦਾਤਰ ਲੋਕਾਂ ਨੇ ਹੁੰਦਾ ਵੀ ਯਾਰ ਜਿਹੜੀ ਇਹ ਚੀਜ਼ ਹੈ ਇਹ ਗਵਰਨਮੈਂਟ ਦੇ ਅੰਡਰ ਨਹੀਂ ਆਉਂਦੀਆਂ, ਜ਼ਿਆਦਾਤਰ ਲਾਈਟਿੰਗ ਦਾ ਇਸ਼ੂ ਹੁੰਦਾ ਉਸ ਸੁਸਾਇਟੀਆਂ ਵਿੱਚ, ਮੋਸਟਲੀ ਸੁਸਾਇਟੀਆਂ ਵਿੱਚ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ। ਵੀ ਇਸ ਨੂੰ ਵੀ ਆਪਾਂ ਕਿਵੇਂ ਕਿਸ ਤਰ੍ਹਾਂ ਦੇਖੀਏ ਵੀ ਪਬਲਿਕਲੀ ਜਿਹੜੇ ਲੈਣਾ ਫਲੈਟ ਬਾਏ ਕਰਨਾ ਉਹਨੂੰ ਇਹ ਚੀਜ਼ ਦਾ ਕਿਵੇਂ ਪਤਾ ਹੋਣਾ ਚਾਹੀਦਾ ਵੀ ਕਿ ਇਹ ਇਸ ਦੇ ਅਧੀਨ ਹੈਗੀ ਆ ਜਾਂ ਇਸ ਦੇ ਨਹੀਂ ਅਧੀਨ ਹੈਗੀ। ਭਾਅ ਜੀ ਦੇਖੋ, ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਪਰਚੇਜ਼ ਕਰਦੇ ਹਾਂ, ਦੇਖੋ ਬੰਦੇ ਨੇ ਪੈਸੇ ਲਗਾਉਣੇ ਨੇ, ਤਾਂ ਉਹਨੂੰ ਪਹਿਲਾਂ ਉਸ ਏਰੀਏ ਨੂੰ ਚੈੱਕ ਕਰਨਾ ਚਾਹੀਦਾ, ਮਤਲਬ ਉਸ ਏਰੀਏ ਦੇ ਇਹ ਲਗਾ ਲਓ ਵੀ 100 ਮੀਟਰ ਤੱਕ ਦੀ ਉਸ ਏਰੀਏ ਦੀ ਅਪਰੋਚ ਨੂੰ ਚੈੱਕ ਕਰਨਾ ਚਾਹੀਦਾ। ਅਤੇ ਕਈ ਚੀਜ਼ਾਂ ਆਉਂਦੀਆਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਕਈ ਚੀਜ਼ਾਂ ਨੇ ਇਹਦੇ ਵਿੱਚ ਜਦੋਂ ਗੌਰਮੈਂਟ ਹੈ ਨਾ, ਕਈ ਪ੍ਰੋਜੈਕਟ ਹੈ ਦੇਖੋ ਦੋਨੋਂ ਚੀਜ਼ਾਂ ਨੇ, ਨੈਗੇਟਿਵ ਵੀ ਨੇ ਪ੍ਰੋਪਰਟੀ ਦੇ ਵਿੱਚ, ਪੋਜ਼ਿਟਿਵ ਨੇ ਬਹੁਤ। ਅੱਜ ਦੀ ਡੇਟ ਦੇ ਵਿੱਚ ਬਹੁਤ ਛੋਟੇ ਛੋਟੇ ਬਿਲਡਰਸ ਆ ਗਏ ਜਿਹੜੇ ਕਿ 6-6 ਮਤਲਬ ਫਲੈਟ ਬਣਾ ਕੇ ਉਹ ਫਲੈਟਸ ਸੇਲ ਕਰਦੇ ਨੇ, ਉੱਥੇ ਇਹ ਚੀਜ਼ ਦਾ ਇੰਪੈਕਟ ਪੈਂਦਾ, ਮਤਲਬ ਉੱਥੇ ਇਹ ਚੀਜ਼ ਦੀ ਪ੍ਰੋਬਲਮ ਆਉਂਦੀ। ਉੱਥੇ ਪ੍ਰੋਬਲਮ ਹਰ ਤਰ੍ਹਾਂ ਦੀ ਆਉਂਦੀ ਕਿਉਂਕਿ ਉਹ ਜਿਹੜੇ ਛੋਟੇ ਛੋਟੇ ਬਿਲਡਰਸ ਨੇ ਉਹ ਮਤਲਬ ਅੱਛੀ ਮਾਰਕੀਟਿੰਗ ਨੂੰ ਖਰਾਬ ਕਰਦੇ ਨੇ, ਮਤਲਬ ਇੰਪੈਕਟ ਇਹ ਪੈਂਦਾ ਵੀ ਉਹ ਕਈ ਤਰੀਕੇ ਦੀ ਅਪਰੂਵਲ ਛੱਡ ਦਿੰਦੇ ਨੇ। ਮੰਨ ਲਓ ਅੱਜ ਆਪਾਂ ਮੈਂ ਪਰਸਨਲੀ ਇੱਕ ਸਵਾਲ ਦਾ ਜਵਾਬ ਦਿੰਦਾ, ਜਦੋਂ ਆਪਾਂ ਪ੍ਰੋਪਰਟੀ ਇਸ ਤਰ੍ਹਾਂ ਤਰੀਕੇ ਦੇ ਬਿਲਡਰ ਤੋਂ ਆਪਾਂ ਪਰਚੇਜ਼ ਕਰ ਲੈਂਦੇ ਹਾਂ, ਉੱਥੇ ਲਾਈਟਿੰਗ ਦਾ ਵੀ ਇਸ਼ੂ ਆਉਂਦਾ, ਉੱਥੇ ਪਾਣੀ ਦਾ ਵੀ ਇਸ਼ੂ ਆਉਂਦਾ, ਉੱਥੇ ਕਈ ਤਰ੍ਹਾਂ ਦੀ ਪ੍ਰੋਬਲਮ, ਸੀਵਰੇਜ ਦਾ ਵੀ ਸਭ ਤੋਂ ਵੱਧ ਇਸ਼ੂ ਹੁੰਦਾ, ਸਭ ਤੋਂ ਜ਼ਿਆਦਾ ਇਸ਼ੂ ਆਉਂਦਾ, ਇੱਕ ਸਲਾਬ ਦੀ ਬੜੀ ਪ੍ਰੋਬਲਮ ਆਉਂਦੀ ਆ। ਤਾਂ ਜਿਹੜੀ ਆਪਾਂ ਪ੍ਰੋਪਰਟੀ ਪਰਚੇਜ਼ ਕਰਦੇ, ਕਦੇ ਵੀ ਪ੍ਰੋਪਰਟੀ ਪਰਚੇਜ਼ ਕਰੋ ਅਕੋਰਡਿੰਗ ਟੂ ਮੀ, ਤੁਸੀਂ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਮਤਲਬ ਦੇਖ ਇਹ ਨਾ ਦੇਖੋ ਵੀ 6 ਫਲੈਟ ਖੜੇ ਨੇ ਜੀ, ਇਹ ਬਿਲਡਰ ਆਪਾਂ ਨੂੰ ਸਸਤਾ ਦਿੰਦਾ, ਅੱਜ ਆਪਾਂ 2 ਲੱਖ ਰੁਪਏ ਚੀਜ਼ ਸਸਤੀ ਲੈ ਲਾਂਗੇ, ਪਰ ਉਹ ਮਤਲਬ ਤੁਸੀਂ ਅੱਜ 35 ਦੀ ਚੀਜ਼ ਤੁਹਾਨੂੰ 32 ਦੇ ਵਿੱਚ ਮਿਲੇ, ਤੁਸੀਂ ਸੈਟਿਸਫਾਈ ਹੋ ਗਏ ਵੀ ਇਹ ਆਪਾਂ ਚੀਜ਼ ਪਰਚੇਜ਼ ਕਰ ਲਈ, ਸਾਨੂੰ ਘੱਟ ਰੇਟ 'ਤੇ ਮਿਲ ਗਈ ਅਤੇ ਅਸੀਂ ਸੈਟਿਸਫਾਈ ਹਾਂ। ਬਟ ਇਹ ਗਲਤ ਹੈ, ਆਪਾਂ ਅੱਜ ਦਾ 2-3 ਲੱਖ ਨਾ ਦਿਓ, ਦੇਖੋ ਕਿਉਂਕਿ ਜੋ ਆਪਾਂ 32-33 ਲੱਖ ਰੁਪਏ ਲਾ ਰਹੇ ਤਾਂ 2 ਲੱਖ ਰੁਪਏ ਹੋਰ ਵੀ ਲਗਾਓ, ਤੁਸੀਂ ਪ੍ਰੋਪਰਟੀ ਵਧੀਆ ਪਰਚੇਜ਼ ਕਰੋ, ਕਿਉਂਕਿ ਹਲਕੀ ਪ੍ਰੋਪਰਟੀ ਪਰਚੇਜ਼ ਕਰੋਗੇ ਤੁਸੀਂ ਤਾਂ ਉਹਦੇ ਨਾਲ ਕੀ ਇੰਪੈਕਟ ਆਊਗਾ, ਇਹ ਸਾਰੀਆਂ ਪ੍ਰੋਬਲਮ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ। ਕਿਉਂਕਿ ਕਈ ਜਿਹੜੇ ਲੋਕਲ ਬਿਲਡਰਸ ਨੇ 4-6 ਫਲੈਟ ਬਣਾ ਦਿੰਦੇ ਨੇ, ਉੱਥੇ ਫਿਰ ਇਹ ਚੀਜ਼ਾਂ ਦੀ ਦੇਖੋ ਉਹਨਾਂ ਨੇ ਆਪਣਾ ਮਾਰਜਨ ਦੇਖਣਾ ਹੁੰਦਾ, ਆਪਣਾ ਪ੍ਰੋਫਿਟ ਦੇਖਣਾ ਹੁੰਦਾ, ਮਤਲਬ ਉੱਥੇ ਇਹ ਚੀਜ਼ ਜ਼ਰੂਰੀ ਹੈ ਵੀ ਤੁਸੀਂ ਜਿਹੜਾ ਹੈਗਾ ਬੜੇ ਧਿਆਨ ਨਾਲ ਪ੍ਰੋਪਰਟੀ ਪਰਚੇਜ਼ ਕਰੋ, ਵੱਡੇ ਪ੍ਰੋਜੈਕਟ 'ਚ ਇਨਵੈਸਟ ਕਰੋ, ਛੋਟੇ ਪ੍ਰੋਜੈਕਟ ਦੀ ਤਾਂ 4-6 ਫਲੈਟ ਮੇਰੇ ਅਕੋਰਡਿੰਗ ਤਾਂ ਉਹ ਤੁਹਾਨੂੰ ਪ੍ਰੋਪਰਟੀ ਪਰਚੇਜ਼ ਹੀ ਨਹੀਂ ਕਰਨੀ ਚਾਹੀਦੀ। ਇੱਕ ਜਿਸ ਤਰ੍ਹਾਂ ਟ੍ਰਾਈ ਸਿਟੀ ਦੀ ਗੱਲ ਕਰੀਏ ਤਾਂ ਟ੍ਰਾਈ ਸਿਟੀ ਦੇ ਜਿਹੜੇ ਰੇਟਸ ਨੇ ਉਹ ਕਾਫੀ ਹਾਈ ਆਉਂਦੇ ਨੇ, ਚਾਹੇ ਆਪਾਂ ਪੰਚਕੂਲੇ ਦੀ ਗੱਲ ਕਰੀਏ, ਮੋਸਟਲੀ ਪੰਜਾਬੀ ਦਾ ਜਿਹੜਾ ਫੇਵਰੇਟ ਏਰੀਆ ਹੁੰਦਾ ਉਹ ਮੋਹਾਲੀ, ਖਰੜ, ਕੁਰਾਲੀ ਇਹਨਾਂ ਲੱਗਦੇ ਸ਼ਹਿਰਾਂ ਵਿੱਚ ਹੁੰਦਾ। ਅਤੇ ਜਿਸ ਤਰ੍ਹਾਂ ਇੱਕ ਇਹ ਵੀ ਮੋਸਟਲੀ ਕਸਟਮਰ ਨੂੰ ਇਹ ਇੱਕ ਆਪਣਾ ਜਿਹੜੀ ਸੁਝਾਅ ਜ਼ਰੂਰ ਦਿਓ, ਜਿਵੇਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਟਰੋ ਸਿਟੀ ਇਹ ਡਿਵੈਲਪ ਹੋ ਰਹੀ ਹੈ, ਮੋਹਾਲੀ ਜਿਹੜਾ ਹੁਣ ਮੈਟਰੋ ਸਿਟੀ ਦੇ ਵਿੱਚ ਆ ਰਿਹਾ, ਤਾਂ ਪਬਲਿਕ ਨੂੰ ਇਸਦਾ ਕਿੰਨਾ ਕੁ ਫਾਇਦਾ ਹੋਊਗਾ ਜੇ ਉਹ ਪ੍ਰੋਪਰਟੀ ਬਾਏ ਕਰਦੇ ਨੇ? ਦੇਖੋ ਜਿਹੜਾ ਪ੍ਰੋਪਰਟੀ ਦਾ ਟਾਈਮ ਹੈਗਾ ਨਾ, ਹੁਣ ਆਪਾਂ ਅੱਜ 2024 ਦੇ ਵਿੱਚ ਬੈਠੇ ਹਾਂ, ਪ੍ਰੋਪਰਟੀ ਦਾ ਜਿਹੜਾ ਟਾਈਮ ਹੈਗਾ ਇਹ ਬਿਲਕੁਲ ਪੀਕ ਟਾਈਮ ਹੈ ਪ੍ਰੋਪਰਟੀ ਪਰਚੇਜ਼ ਕਰਨ ਦਾ। ਜਿਹੜੀ ਤੁਸੀਂ ਅੱਜ ਪ੍ਰੋਪਰਟੀ ਪਰਚੇਜ਼ ਕਰ ਲਈ, ਮੈਟਰੋ ਆਉਣ ਤੋਂ ਬਾਅਦ ਕੋਈ ਪ੍ਰੋਪਰਟੀ ਜਿਹੜੀ ਅੱਜ ਕੋਈ ਵੀ ਚੀਜ਼ ਪਰਚੇਜ਼, ਸਪੋਜ਼ ਐਟ ਪਲੋਟਿੰਗ ਦੀ ਗੱਲ ਕਰੀਏ, ਕੋਠੀ, ਵਿਲਾ, ਕੁਛ ਵੀ ਆਪਾਂ ਅੱਜ ਉਹਨੂੰ ਅਗਰ ਅੱਜ ਕੋਈ ਚੀਜ਼ ਫੋਰ ਐਗਜ਼ਾਮਪਲ ਆਪਾਂ 50 ਲੱਖ ਰੁਪਏ ਦੀ ਪਰਚੇਜ਼ ਕਰਦੇ ਹਾਂ, ਤਾਂ ਉਹਦੀ ਮੈਟਰੋ ਆਉਣ ਤੋਂ ਬਾਅਦ ਮਿਨੀਮਮ 1.5-2 ਕਰੋੜ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਮਾਰਕੀਟ ਵੈਲਿਊ ਹੋ ਜੂਗੀ। ਅਤੇ ਮੈਟਰੋ ਆਉਣ ਦਾ ਇੱਕ ਬਹੁਤ ਵੱਡਾ ਇਹ ਇੰਪੈਕਟ ਹੈ ਪ੍ਰੋਪਰਟੀ, ਬਹੁਤ ਜ਼ਿਆਦਾ ਖਾਸ ਕਰ ਟ੍ਰਾਈ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਹੋਊਗਾ ਇਸ ਪ੍ਰੋਪਰਟੀ ਦਾ। ਅਤੇ ਇੱਕ ਲਾਸਟ ਦੇ ਵਿੱਚ ਆਉਂਦਾ ਵੀ ਇੱਕ ROI ਕੀ ਹੈ, ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਰਹਿੰਦਾ ਹੈ
ਕਿ ਆਰ ਓ ਆਈ ਦਾ ਕਿਆ ਹੈ, ਐਕਚੁਅਲ ਕੀ ਹੈ, ਮਤਲਬ ਕੀ ਹੈ, ਕਿਆ ਫਾਇਦਾ ਇਹਦਾ? ਦੇਖੋ ਆਰ ਓ ਆਈ, ਭਾਜੀ ਭਾਜੀ ਆਰ ਓ ਆਈ ਦੀ ਗੱਲ ਕਰਦੇ ਹਾਂ ਨਾ, ਆਰ ਓ ਆਈ ਹਰ ਇੱਕ ਬੰਦਾ ਆਰ ਓ ਆਈ ਬਾਰੇ ਅਲੱਗ ਤਰੀਕੇ ਨਾਲ ਸੋਚਦਾ ਹੈ। ਐਕਚੁਅਲ ਜਿਹੜੀ ਆਰ ਓ ਆਈ ਹੈਗੀ ਹੈ ਨਾ, ਆਰ ਓ ਆਈ ਇੱਕ ਪ੍ਰੋਫਿਟ ਦਾ ਪਾਰਟ ਹੈ। ਮਤਲਬ ਅਗਰ ਤਾਂ ਦੇਖੋ ਨੋਰਮਲੀ ਆਪਾਂ ਟਰਾਈ ਸਿਟੀ ਤੋਂ ਬਾਹਰ ਦੀ ਗੱਲ ਕਰੀਏ, ਟਰਾਈ ਸਿਟੀ ਦੀ ਜਿਹੜੀ ਆਪਾਂ ਅੱਜ ਗੱਲ ਕਰੀਏ, ਟਰਾਈ ਸਿਟੀ ਦੀ ਜਿਹੜੀ ਆਰ ਓ ਆਈ ਹੈ ਉਹ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਉੱਪਰ ਹੈ। ਮਤਲਬ ਅੱਜ ਜਿਹੜੀ ਆਪਾਂ ਪਰਚੇਜ਼ ਕਰ ਲਈ ਪ੍ਰੋਪਰਟੀ, ਕੋਈ ਵੀ ਆਰ ਓ ਆਈ ਦਾ ਐਗਜੈਕਟ ਮੀਨਿੰਗ ਇਹ ਹੈ ਵੀ ਜਿਹੜੀ ਆਪਾਂ ਕੋਈ ਵੀ ਪ੍ਰੋਪਰਟੀ ਪਰਚੇਜ਼, ਅਗਰ ਤਾਂ ਆਰ ਓ ਆਈ ਤੁਹਾਡੀ 10 ਹੈ ਜਾਂ 15 ਹੈ ਤਾਂ ਉਹਦਾ ਕੋਈ ਜ਼ਿਆਦਾ ਕੋਈ ਬੈਟਰ ਇੰਪੈਕਟ ਨਹੀਂ ਹੈਗਾ, ਉਹਨੂੰ ਆਪਾਂ ਵਧੀਆ ਆਰ ਓ ਆਈ ਨਹੀਂ ਕਹਿ ਸਕਦੇ। ਜਿਹੜੀ ਆਰ ਓ ਆਈ ਹੈ ਮਿਨੀਮਮ ਆਪਾਂ ਨੂੰ ਉਸ ਏਰੀਏ ਵਿੱਚ ਪ੍ਰੋਪਰਟੀ ਖਰੀਦਣੀ ਚਾਹੀਦੀ ਹੈ, ਜਿਵੇਂ ਕਿ ਅਗਰ ਆਪਣੀ ਆਰ ਓ ਆਈ 30-40% ਆਰ ਓ ਆਈ ਆਉਂਦੀ ਹੈ ਤਾਂ ਉਹ ਬਿਲਕੁਲ ਅੱਛੀ ਆਰ ਓ ਆਈ ਹੈ। ਅਕੋਰਡਿੰਗ ਟੂ ਅਗਰ ਆਪਾਂ 50 ਲੱਖ ਰੁਪਏ ਦੀ ਕੋਈ ਚੀਜ਼ ਪਰਚੇਜ਼ ਕਰਦੇ ਹਾਂ, ਅਗਰ ਉਹਦੀ 6 ਮਹੀਨੇ ਬਾਅਦ 30-35% ਦੇ ਵਿੱਚ ਆਰ ਓ ਆਈ ਵੱਧਦੀ ਹੈ ਤਾਂ ਉਹ ਜਿਹੜੀ 50 ਲੱਖ ਦੀ ਪ੍ਰੋਪਰਟੀ ਹੈ ਉਹ ਸਮਝ ਲਓ ਵੀ ਤੁਹਾਡੀ 6 ਮਹੀਨਿਆਂ ਦੇ ਵਿੱਚ 60-65 ਲੱਖ ਰੁਪਏ ਦੀ ਪ੍ਰੋਪਰਟੀ ਹੋ ਗਈ। ਮੈਂ ਟਾਈਮ ਪੀਰੀਅਡ ਬਹੁਤ ਸ਼ੋਰਟ ਟਾਈਮ ਪੀਰੀਅਡ ਦੀ ਗੱਲ ਕਰ ਰਿਹਾ, ਸਿਰਫ 6 ਮਹੀਨੇ ਦੀ, 6 ਮਹੀਨਿਆਂ ਦੇ ਵਿੱਚ ਜਿਹੜੀ ਹੈਗੀ ਆ ਉਹ ਅਗਰ 50 ਲੱਖ ਦੀ ਪ੍ਰੋਪਰਟੀ 60-65 ਲੱਖ ਰੁਪਏ ਦੀ ਹੋ ਜਾਂਦੀ ਹੈ ਤਾਂ ਉਹ 30-35% ਆਰ ਓ ਆਈ ਆ ਗਈ, ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਇੰਪੈਕਟ ਕਿਸੇ ਸਿਟੀ ਦੇ ਵਿੱਚ ਨਹੀਂ ਹੈਗਾ, ਸਿਰਫ ਟਰਾਈ ਸਿਟੀ। ਟਰਾਈ ਸਿਟੀ ਦੇ ਵਿੱਚ ਸਾਰੀਆਂ ਸਿਟੀਜ਼ ਆ ਜਾਂਦੀਆਂ ਨੇ, ਖਰੜ, ਲਾਂਡਰਾ, ਕੁਰਾਲੀ, ਮੋਹਾਲੀ, ਜਾਂ ਆਪਾਂ ਜ਼ੀਰਕਪੁਰ ਦੀ ਗੱਲ ਕਰੀਏ ਤਾਂ ਇਹ ਸਾਰੀ ਜਿਹੜੀਆਂ ਸਿਟੀਜ਼ ਹੈਗੀਆਂ ਨੇ ਇਹ ਟਰਾਈ ਸਿਟੀ ਦੇ ਵਿੱਚ ਆ ਜਾਂਦੀਆਂ। ਇੱਥੇ ਜੇ ਆਪਾਂ ਪ੍ਰੋਪਰਟੀ ਅਗਰ ਕੋਈ ਵੀ ਪਰਚੇਜ਼ ਕਰਦੇ ਹਾਂ ਉਹ ਪ੍ਰੋਪਰਟੀ ਹਰ 6 ਮਹੀਨੇ ਬਾਅਦ ਮਿਨੀਮਮ 30-35% ਆਰ ਓ ਆਈ ਆਪਾਂ ਨੂੰ ਰਿਵਰਟ ਬੈਕ ਦਿੰਦਾ। ਤਾਂ ਆਰ ਓ ਆਈ ਦਾ ਇੱਕ ਜਿਹੜਾ ਹੈਗਾ ਪ੍ਰੋਪਰ ਮੀਨਿੰਗ ਇਹ ਹੈ। ਮਤਲਬ ਹਰ ਇੱਕ ਬੰਦੇ ਦੇ ਸਮਝਣ ਦਾ ਤਰੀਕਾ ਅਲੱਗ ਅਲੱਗ ਹੈ। ਇੱਕ ਸਿੰਪਲ ਵਰਡ ਦੇ ਵਿੱਚ ਆਰ ਓ ਆਈ ਹੈਗਾ ਇੱਕ ਪ੍ਰੋਫਿਟ ਨਾਲ ਕਨੈਕਟ ਹੈ ਆਰ ਓ ਆਈ। ਅਤੇ ਇੱਕ ਨਾਲ ਲੱਗਦਾ ਇੱਕ ਮੇਰਾ ਵੀ ਸਵਾਲ ਹੈ ਸਿੱਧਾ ਜਿਹਾ, ਕਿਉਂਕਿ ਇੱਕ ਦੱਸੋ ਵੀ ਜਦੋਂ ਕਿਸੇ ਨੇ ਪ੍ਰੋਪਰਟੀ ਲੈਣੀ ਹੁੰਦੀ ਹੈ, ਜੇ ਕੋਈ ਪ੍ਰੋਪਰਟੀ ਲੈ ਰਿਹਾ ਤਾਂ ਮੋਸਟਲੀ ਇੱਕ ਜਿਹੜੀ ਪ੍ਰੋਬਲਮ ਆਉਂਦੀ ਹੁੰਦੀ ਹੈ ਹਰ ਇੱਕ ਦੇ ਮਨਾਂ ਦੇ ਵਿੱਚ ਇਹੀ ਹੁੰਦਾ ਕਿ ਪ੍ਰੋਪਰਟੀ ਜਿਹੜੀ ਹੋਵੇ ਉਹ ਖੁਦ ਦਾ ਜਿਹੜਾ ਵਾਟਰ ਸਿਸਟਮ ਸਭ ਤੋਂ ਵੱਡੀ ਚੀਜ਼, ਕਿਉਂਕਿ ਇਸ਼ੂ ਜਿਹੜਾ ਆਉਂਦਾ ਜਿਵੇਂ ਅੱਜ ਕੱਲ੍ਹ ਟਰਾਈ ਸਿਟੀ ਦੇ ਵਿੱਚ ਦੇਖ ਰਹੇ ਹਾਂ, ਇੱਕ ਪੰਪ ਹੁੰਦਾ ਕਹਿੰਦਾ ਵੀ ਨਾਲ 7-8 ਘਰ ਯੂਜ਼ ਹੁੰਦੇ ਨੇ, ਆਖਿਰਕਾਰ ਆ ਕੇ ਉਸ ਚੀਜ਼ ਦੇ ਵਿੱਚ ਜਿਹੜੇ ਬਿਲਡਰਸ ਦਾ ਇਹ ਚੱਲਦਾ ਸੁਸਾਇਟੀਆਂ ਵਿੱਚ, ਉਹਦਾ ਕਿੰਨਾ ਕੁ ਫਿਰ ਪ੍ਰੋਬਲਮ ਆ ਜਾਂਦੀ ਹੁੰਦੀ ਹੈ, ਅੱਕ ਵੀ ਵਨ ਟਾਈਮ 'ਤੇ ਇਹਦੇ 'ਤੇ ਕਿੰਨਾ ਕੁ ਇੰਪੈਕਟ ਹੈ? ਮੈਂ ਭਾਅ ਜੀ ਪਹਿਲਾਂ ਵੀ ਤੁਹਾਡੇ ਨਾਲ ਇਹ ਗੱਲ ਕੀਤੀ ਸੀ, ਜਿਹੜੀ ਆਪਾਂ ਪ੍ਰੋਪਰਟੀ ਪਰਚੇਜ਼, ਇਹ ਪ੍ਰੋਬਲਮਸ ਜਦੋਂ ਆਪਾਂ ਬਹੁਤ ਛੋਟੇ ਪ੍ਰੋਜੈਕਟ ਪਰਚੇਜ਼ ਕਰਦੇ ਹਾਂ, ਜਿੱਥੇ ਮੈਂ ਦੱਸਿਆ ਕਿਸੇ ਬਿਲਡਰ ਨੇ 6 ਜਾਂ 12 ਫਲੈਟ ਬਣਾ ਤੇ, ਤਾਂ ਉੱਥੇ ਛੋਟੀ ਸੁਸਾਇਟੀਜ਼ ਦੇ ਵਿੱਚ ਇਹ ਪ੍ਰੋਬਲਮ 100% ਹੈ ਕਿ ਜੋ ਰੇਸ਼ੋ ਹੈ ਨਾ ਇਸ ਪ੍ਰੋਬਲਮ ਦੀ, 80-85% ਛੋਟੇ ਪ੍ਰੋਜੈਕਟ ਲੈਣ ਦੇ ਵਿੱਚ ਇਸ ਪ੍ਰੋਪਰਟੀ ਦੀ ਰੇਸ਼ੋ ਦੀ ਪ੍ਰੋਬਲਮ ਹੈਗੀ ਹੈ। ਤਾਂ ਸਾਨੂੰ ਜਿਹੜੀ ਪ੍ਰੋਪਰਟੀ ਪਰਚੇਜ਼ ਕਰਨੀ ਚਾਹੀਦੀ, ਸਾਨੂੰ ਥੋੜ੍ਹਾ ਜਿਹਾ ਮਤਲਬ ਇਹ ਚੀਜ਼ ਨੂੰ ਮਾਇਨੇ ਨਾ ਰੱਖਦੇ ਹੋਏ ਵੀ ਅੱਜ ਇੱਕ ਬਿਲਡਰ ਹੈ ਜੀ, ਆਪਾਂ ਨੂੰ ਬਾਜ਼ਾਰ ਦੇ ਵਿੱਚ ਨੋਰਮਲੀ ਉੱਥੇ ਰੇਟ ਚੱਲ ਰਿਹਾ ਜੀ ਕੋਈ ਪ੍ਰੋਪਰਟੀ, ਫੋਰ ਐਗਜ਼ਾਮਪਲ 40-45, ਆਪਾਂ ਨੂੰ ਉਸ ਏਰੀਏ ਦੇ ਨੇੜੇ ਤੇੜੇ ਉਸੇ ਮਤਲਬ ਸੁਸਾਇਟੀ ਦੇ ਨੇੜੇ ਤੇੜੇ ਆਪਾਂ ਨੂੰ ਜਿਹੜੀ ਪ੍ਰੋਪਰਟੀ ਹੈਗੀ ਹੈ ਕੋਈ ਬਿਲਡਰ ਆਪਾਂ ਨੂੰ 30-32 ਲੱਖ ਰੁਪਏ, ਇਟ ਮੀਨਸ ਨੋਰਮਲ ਜਿਹੜੇ ਬਾਜ਼ਾਰ ਦੀ ਐਵਰੇਜ ਹੈਗੀ ਉਹ 40-45, ਅਗਰ ਤੁਹਾਨੂੰ 30-32 ਲੱਖ ਰੁਪਏ ਦੀ ਪ੍ਰੋਪਰਟੀ ਮਿਲ ਰਹੀ ਹੈ ਤਾਂ ਕੋਈ ਨਾ ਕੋਈ ਇਸ਼ੂ ਹੈਗਾ ਨਾ। ਪਰ ਐਕਚੁਲੀ ਮੈਂ ਇੱਕ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ, ਮਤਲਬ ਕੋਈ ਨੈਗੇਟਿਵ ਥੋਟ ਨਹੀਂ ਪਾਉਣਾ ਚਾਹੁੰਦਾ, ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ ਵੀ ਜਿਹੜੀ ਪ੍ਰੋਪਰਟੀ ਹੈਗੀ ਹੈ ਨਾ, ਤੁਸੀਂ ਇਸ ਚੀਜ਼ ਦੇ ਪਿੱਛੇ ਨਾ ਜਾਓ ਵੀ ਆਪਾਂ ਨੂੰ ਬਿਲਡਰ 5-7 ਲੱਖ ਰੁਪਏ ਪ੍ਰੋਪਰਟੀ ਸਸਤੀ ਦਿੰਦਾ। ਪਰ ਜਿਹੜਾ ਹੈਗਾ ਇਹ ਸਭ ਤੋਂ ਵੱਡਾ ਨੈਗੇਟਿਵ ਪੁਆਇੰਟ ਹੈ ਇਹ, ਆਪਾਂ ਨੂੰ ਜਿਹੜਾ ਹੈਗਾ ਸੁਸਾਇਟੀ ਸਭ ਤੋਂ ਜ਼ਰੂਰੀ ਹੈ ਵੀ ਆਪਾਂ ਨੂੰ ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਬੜੀ ਅੱਛੀ ਸੁਸਾਇਟੀ ਦੇ ਵਿੱਚ ਪ੍ਰੋਪਰਟੀ ਪਰਚੇਜ਼ ਕਰਨੀ ਚਾਹੀਦੀ ਹੈ, ਛੋਟੇ ਪ੍ਰੋਜੈਕਟਾਂ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹੀਦਾ। ਤਾਂ ਸਰ ਲਾਸਟ ਦੇ ਵਿੱਚ ਇੱਕ ਆਪਾਂ ਕਹਿ ਦਈਏ ਕਿ ਕਿਆ ਸੁਜੈਸ਼ਨ ਕਹਿ ਦੇਣਾ ਚਾਹੋਗੇ ਜਿਹੜੇ ਲੋਕ ਨੇ ਜਾਂ ਜਿਹੜੇ ਆਪਣੇ ਵਿਊ ਦੇਖ ਰਹੇ ਨੇ, ਉਹਨੂੰ ਕੀ ਸੁਜੈਸਟ ਕੀ ਕਰਨਾ ਚਾਹੋਗੇ? ਦੇਖੋ ਜੀ, ਮੈਂ ਸੁਜੈਸਟ ਦੀ ਜੇ ਆਪਾਂ ਗੱਲ ਕਰਦੇ ਹਾਂ ਨਾ, ਮੈਂ ਮਤਲਬ ਮੈਂ ਪਹਿਲਾਂ ਵੀ ਹੀ ਆਪਾਂ ਹੁਣ ਤੱਕ ਦੀ ਜਿੰਨੀ ਵੀ ਆਪਣੀ ਡਿਸਕਸ਼ਨ ਹੋਈ ਆ ਸਾਰੀ ਪ੍ਰੋਪਰਟੀ ਬਾਰੇ,
ਉਹਦੇ 'ਚ ਮੈਂ ਨੈਗੇਟਿਵ ਅਤੇ ਪੋਜ਼ਿਟਿਵ ਪੁਆਇੰਟਸ ਦੋਨੋਂ ਅੱਗੇ ਰੱਖੇ ਨੇ। ਜੇ ਆਪਾਂ ਸੁਜੈਸਟ ਕਰਨ ਦੀ ਗੱਲ ਕਰਦੇ ਹਾਂ ਤਾਂ ਸੁਜੈਸਟ ਇਹ ਹੈ ਵੀ ਦੇਖੋ, ਜਦੋਂ ਵੀ ਤੁਸੀਂ ਪ੍ਰੋਪਰਟੀ ਪਰਚੇਜ਼ ਕਰਦੇ ਹੋ, ਸਭ ਤੋਂ ਪਹਿਲਾਂ ਜਦੋਂ ਬੰਦਾ ਪੈਸਾ ਲਗਾਉਂਦਾ ਤਾਂ ਉਹ ਬੰਦੇ ਦੀ ਬੜੀ ਮਤਲਬ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ। ਦੇਖੋ, ਹੈ ਨਾ, ਮੈਂ ਕਲੀਅਰ ਵਰਡ ਦੇ ਵਿੱਚ, ਮੈਂ ਇੱਕ ਸਿੰਪਲ ਜੀ ਭਾਸ਼ਾ ਦੇ ਵਿੱਚ ਇੱਕ ਇਹ ਗੱਲ ਕਹਿਣਾ ਚਾਹੁੰਦਾ, ਉਹ ਹੁੰਦੀ ਹੈ ਬੰਦੇ ਦੀ ਖੂਨ ਪਸੀਨੇ ਦੀ ਕਮਾਈ। ਤਾਂ ਫਿਰ ਜਦੋਂ ਤੁਸੀਂ ਕੋਈ ਵੀ ਚੀਜ਼ ਪਰਚੇਜ਼ ਕਰੋ, ਬੜੇ ਧਿਆਨ ਨਾਲ, ਬਿਲਕੁਲ ਵੀ ਮਤਲਬ ਅੱਜ ਆਪਾਂ 1-2 ਲੱਖ ਰੁਪਏ ਦੇ ਚੱਕਰ ਦੇ ਵਿੱਚ ਛੋਟੀ ਸੋਸਾਇਟੀ ਦੇ ਵਿੱਚ ਇਨਵੈਸਟ ਕਰਦੇ ਹਾਂ, ਉਹ ਬੜਾ ਗਲਤ ਚੀਜ਼ ਹੈ। ਤੁਸੀਂ ਉਹ ਚੀਜ਼ ਬਲੀਜ਼ ਨਾ ਕਰੋ। ਤੁਸੀਂ ਪ੍ਰੋਪਰਟੀ, ਮੈਂ ਨਹੀਂ ਕਹਿੰਦਾ ਵੀ ਮਤਲਬ ਹਰ ਇੱਕ ਬੰਦੇ ਦੀ, ਦੇਖੋ ਜੇਬ 'ਤੇ ਡਿਪੈਂਡ ਹੁੰਦਾ ਨਾ, ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਣੀ ਜੇਬ ਜਿੰਨੀ ਕੁ ਜ਼ਿਆਦਾ ਦਿਓ ਆਪਾਂ ਉਹ ਤੋਂ ਬਾਹਰ ਨਹੀਂ ਜਾ ਸਕਦੇ। ਪਰ ਲੈਣ ਤੋਂ ਪਹਿਲਾਂ ਪ੍ਰੋਪਰਟੀ ਉਸ ਪ੍ਰੋਜੈਕਟ ਦੀ ਅਪਰੂਵਲ ਜ਼ਰੂਰ ਚੈੱਕ ਕਰੋ, ਵਿਦਆਊਟ NOC ਤੋਂ ਰਜਿਸਟਰੀ ਨਾ ਕਰਵਾਓ। ਇਹਨਾਂ ਦਾ ਜਿਹੜਾ ਇੰਪੈਕਟ ਹੈ ਨਾ, ਕੁਛ ਟਾਈਮ ਬਾਅਦ ਜੋ ਇਨ ਫਿਊਚਰ ਆਪਾਂ ਜਦੋਂ ਉਹੀ ਪ੍ਰੋਪਰਟੀ ਦੁਬਾਰਾ ਸੇਲ ਕਰਦੇ ਹਾਂ, ਅਗਰ ਆਪਾਂ ਆਪਣੇ ਡਾਕੂਮੈਂਟ ਪ੍ਰੋਪਰ ਨਹੀਂ ਚੈੱਕ ਕਰਦੇ, ਤਾਂ ਫਿਰ ਉਦੋਂ ਇਹ ਚੀਜ਼ਾਂ ਸਾਰੀਆਂ ਨਿਕਲ ਕੇ ਬਾਹਰ ਆਉਂਦੀਆਂ ਨੇ। ਡਾਕੂਮੈਂਟੇਸ਼ਨ ਸਭ ਤੋਂ ਜ਼ਰੂਰੀ ਹੈ, ਤੁਸੀਂ ਉਸ ਪ੍ਰੋਜੈਕਟ ਦੀ ਸਾਰੀ ਅਪਰੂਵਲਸ ਧਿਆਨ ਨਾਲ ਚੈੱਕ ਕਰੋ। ਇਹੀ ਮੇਰਾ ਮਤਲਬ ਜਿਹੜਾ ਹੈਗਾ ਸੁਜੈਸ਼ਨ ਹੈ ਮੇਰੇ ਵੱਲੋਂ ਵੀ। ਤਾਂ ਧੰਨਵਾਦ ਫਿਰੋਜ਼ ਸਰ, ਸਾਡੇ ਨਾਲ ਇਸ ਵਕਤ ਮੌਜੂਦ ਸੀਗੇ ANI ਮਾਸਟਰਸ ਤੋਂ, ਜਿਨ੍ਹਾਂ ਨੇ ਬੜੇ ਖੁੱਲ੍ਹ ਕੇ ਗੱਲਾਂ ਕੀਤੀਆਂ, ਕਿਉਂਕਿ ਪ੍ਰੋਪਰਟੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਲੋਕ ਨੇ ਹਰ ਮਿਹਨਤ ਦੀ ਕਮਾਈ ਹੁੰਦੀ ਹੈ, ਪਰ ਇਸ ਚੀਜ਼ ਨੂੰ ਕਿਸ ਜਗ੍ਹਾ 'ਤੇ ਸਹੀ ਲਗਾਉਣਾ ਹੈ, ਕਿਹੜੀ ਸਹੀ ਜਗ੍ਹਾ ਹੈ, ਇਸ ਦੇ ਉੱਤੇ ਬੜੀ ਵਿਚਾਰ ਇਹਨਾਂ ਕੀਤੇ, ਬੜੀ ਡੀਪਲੀ ਇਹਨਾਂ ਗੱਲਾਂ ਵੀ ਕੀਤੀਆਂ। ਹਾਲਾਂਕਿ ਅਗਲੀ ਵਾਰ ਹੋਰ ਮੁੱਦਿਆਂ 'ਤੇ ਵੀ ਗੱਲਬਾਤ ਕਰਾਂਗੇ, ਕਿਉਂਕਿ ਕਈ ਟੌਪਿਕਸ ਵੀ ਨੇ, ਕਈ ਸਵਾਲ ਹੋਰ ਵੀ ਨੇ। ਅਗਲੀ ਵਾਰ ਨਵੇਂ ਟੌਪਿਕ 'ਤੇ ਨਵੇਂ ਸਵਾਲਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ। ਫਿਰੋਜ਼ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਅਗਲੀ ਵਾਰ ਜ਼ਰੂਰ ਮਿਲਾਂਗੇ।